This is a Red FM Vancouver podcast. Make sure you hit subscribe for more great content. For further info, log on to redfm.ca. ਰੈਡ ਐਫ ਐਮ ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਕਿ ਕਿਸ ਤਰੀਕੇ ਨਾਲ ਜਿਹੜਾ ਸਾਊਥ ਏਸ਼ੀਅਨ ਕਮਿਊਨਿਟੀ ਦਾ ਇੱਕ ਪਿੱਛੇ ਨਾਮ ਆਇਆ ਸੀ ਕਿ 255% ਜਿਹੜੀਆਂ ਮੌਤਾਂ ਦੀ ਗਿਣਤੀ ਵਧੀ ਹੈ ਇਲਿਸਿਟ ਡਰੱਗ ਓਵਰਡੋਜ਼ ਕਰਕੇ, ਔਰ ਇਹਦੇ 'ਚ ਸਾਊਥ ਏਸ਼ੀਅਨ ਮੈਨ ਜਿਹੜੇ ਨੇ ਉਹਨਾਂ ਦੀ ਜਦੋਂ ਇਹ ਪਛਾਣ ਦਿੱਤੀ ਗਈ, ਇਹ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਸਾਊਥ ਏਸ਼ੀਅਨ ਕਮਿਊਨਿਟੀ ਜਿਹੜੀ ਹੈ ਇਹਦੇ 'ਚ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ, ਉਸ ਤੋਂ ਬਾਅਦ ਰੈਡ ਐਫ ਐਮ ਵੱਲੋਂ ਉਪਰਾਲਾ ਕੀਤਾ ਗਿਆ ਕਿਸ ਤਰੀਕੇ ਨਾਲ ਕਮਿਊਨਿਟੀ ਦੇ ਨਾਲ ਰਾਬਤਾ ਕੀਤਾ ਜਾਏ, ਕਮਿਊਨਿਟੀ ਦੇ ਵਿੱਚੋਂ ਲੋਕਾਂ ਨੂੰ ਲੈ ਕੇ ਆਉਂਦਾ ਜਾਏ ਤਾਂ ਕਿ ਆ ਕੇ ਉਹ ਆਪਣੇ ਐਕਸਪੀਰੀਅੰਸ ਦੱਸਣ, ਜਿਹੜੇ ਐਸਾ ਵਰਗ ਹੈ ਜਿਹੜੇ ਡਾਕਟਰਸ ਨੇ ਜਾਂ ਸਾਈਕੋਲੋਜਿਸਟ ਨੇ ਜਾਂ ਹੋਰ ਇਸ ਪੂਰੀ ਗੱਲ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੇ ਕੋਲੋਂ ਅਸੀਂ ਜਾਣਕਾਰੀਆਂ ਹਾਸਲ ਕਰੀਏ ਔਰ ਸ਼ੇਅਰ ਕਰੀਏ ਆਪਣੇ ਇਸ ਮੰਚ ਦੇ ਉੱਤੇ, ਤਾਂ ਕਿ ਪਤਾ ਲੱਗੇ ਕਿ ਨਾ ਸਿਰਫ ਕਿ ਇਹਨੂੰ ਠੀਕ ਕਿਸ ਤਰ੍ਹਾਂ ਕੀਤਾ ਜਾਏ, ਇਹਨੂੰ ਰੋਕਿਆ ਕਿੱਦਾਂ ਜਾਏ, ਪਰ ਇਹ ਵੀ ਕਿ ਉਹ ਲੋਕ ਜਿਹੜੇ ਇਹਦੇ ਨਾਲ ਇਹਦੇ 'ਚ ਫਸ ਜਾਂਦੇ ਆ ਉਹ ਕਿਸ ਤਰੀਕੇ ਦਾ ਫੀਲ ਕਰਦੇ ਆ, ਕਿੰਨਾ ਉਹਨਾਂ ਦੇ ਹਾਲਾਤ ਜਿਹੜੇ ਉਹ ਖਰਾਬ ਹੋ ਜਾਂਦੇ ਆ ਔਰ ਬਾਹਰ ਆਉਣਾ ਚਾਹੁੰਦੇ ਆ, ਸਰਕਾਰੀ ਮਦਦ ਦੀ ਉਹਨਾਂ ਨੂੰ ਦਰਕਾਰ ਹੈ, ਉਹਨਾਂ ਦੇ ਪਰਿਵਾਰ ਵੱਲੋਂ ਕਿਸ ਤਰ੍ਹਾਂ ਦੀ ਉਹਨਾਂ ਨੂੰ ਸਪੋਰਟ ਦਿੱਤੀ ਜਾਂਦੀ ਹੈ, ਸੋਸਾਇਟੀ ਉਹਨਾਂ ਨੂੰ ਕਿਸ ਤਰੀਕੇ ਦੀ ਸਪੋਰਟ ਦਿੰਦੀ ਆ, ਔਰ ਬਿਲੀਵ ਕਰਨਾ ਕਿ ਬਹੁਤ ਸਾਰੇ ਲੋਕ ਐਸੇ ਨੇ ਕਿ ਜਿਹੜੇ ਸਾਡੇ ਨਾਲ ਆਫ ਏਅਰ ਗੱਲ ਕਰਦੇ ਨੇ ਪਰ ਉਹ ਕਹਿੰਦੇ ਕਿ ਅਸੀਂ ਰੇਡੀਓ 'ਤੇ ਨਹੀਂ ਆਉਣਾ ਚਾਹੁੰਦੇ ਕਿਉਂਕਿ ਅਜੇ ਵੀ ਸੋਸਾਇਟੀ ਦਾ ਡਰ ਜਿਹੜਾ ਉਹ ਸਤਾ ਰਿਹਾ। ਸੋਸਾਇਟੀ ਦਾ ਡਰ ਕਿਉਂ ਸਤਾਉਂਦਾ? ਕਿਉਂਕਿ ਸੋਸਾਇਟੀ ਜਿਹੜੀ ਹੈ ਕਹਿੰਦੇ ਜੀਣ ਨਹੀਂ ਦਿੰਦੀ, ਤਾਨੇ ਮਾਰਦੀ ਹੈ। ਸੋਸਾਇਟੀ ਜਿਹੜੀ ਹੋਰ ਤਰ੍ਹਾਂ ਦੀ ਨਜ਼ਰ ਨਾਲ ਦੇਖਦੀ, ਜਜਮੈਂਟਲ ਹੋ ਜਾਂਦੀ ਹੈ ਕਿ ਇਹ ਵਿਅਕਤੀ ਤਾਂ ਨਸ਼ੇ ਕਰਦਾ, ਸ਼ਰਾਬ ਦਾ ਨਸ਼ਾ ਕਰਦਾ ਜਾਂ ਡਿਫਰੈਂਟ ਤਰ੍ਹਾਂ ਦੀ ਡਰੱਗਸ ਦਾ ਨਸ਼ਾ ਕਰਦਾ ਜਾਂ ਹੋਰ ਕਿਸੇ ਤਰ੍ਹਾਂ ਦਾ ਇਹਨੂੰ ਨਸ਼ਾ ਜਿਹੜਾ ਉਹ ਚਿੰਬੜਿਆ ਹੋਇਆ। ਲੋਕ ਉਹਨੂੰ ਬੜੀ ਮਾੜੀ ਨਿਗਾਹ ਨਾਲ ਦੇਖਣਾ ਸ਼ੁਰੂ ਕਰ ਦਿੰਦੇ ਆ। ਇਸ ਚੀਜ਼ ਦੀ ਬਜਾਏ ਕਿ ਉਹ ਫਸ ਗਿਆ, ਇਹਨੂੰ ਇਹਦੇ 'ਚੋਂ ਬਾਹਰ ਕੱਢਿਆ ਜਾਏ, ਲੋਕ ਜਜਮੈਂਟਲ ਹੋ ਜਾਂਦੇ ਆ। ਔਰ ਇਹ ਸਾਰਿਆਂ 'ਤੇ ਗੱਲ ਜਿਹੜੀ ਆ ਢੁੱਕਵੀਂ ਨਹੀਂ ਖੜਦੀ, ਬਹੁਤ ਸਾਰੇ ਲੋਕ ਨੇ ਜਿਹੜੇ ਮਦਦ ਕਰਦੇ ਨੇ, ਨਾਲ ਖੜਦੇ ਨੇ, ਗੱਲ ਸੁਣਦੇ ਨੇ, ਪਰ ਉਹਨਾਂ 'ਚੋਂ ਵੀ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਇਸ ਦਲਦਲ ਦੇ ਵਿੱਚ ਫਸ ਕੇ ਗੱਲ ਕਰਨਾ ਚਾਹੁੰਦੇ ਨੇ ਔਰ ਖੁੱਲ੍ਹ ਕੇ ਗੱਲ ਕਰਦੇ ਨੇ। ਪਿਛਲੇ ਹਫ਼ਤੇ ਵੀ ਅਸੀਂ ਇਸ ਤਰ੍ਹਾਂ ਦੀ ਹੀ ਇੱਕ ਸ਼ਖਸੀਅਤ ਜਿਹੜੇ ਸਰੀ ਦੇ ਰਹਿਣ ਵਾਲੇ ਸੀ ਉਹਨਾਂ ਨਾਲ ਗੱਲ ਕਰਾਈ ਸੀ, ਐਤਕੀ ਵੀ ਸਰੀ ਦੇ ਰਹਿਣ ਵਾਲੇ ਦਿਲਬਾਗ ਸਿੰਘ ਸਮਰਾ ਉਹਨਾਂ ਦੇ ਨਾਲ ਸਾਡੀ ਗੱਲ ਹੋਈ, ਮੈਂ ਉਹਨਾਂ ਦੇ ਕੋਲ ਉਚੇਚੇ ਤੌਰ 'ਤੇ ਗਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ, ਔਰ ਬਹੁਤ ਦਲੇਰ ਸ਼ਖਸੀਅਤ ਦੇ ਮਾਲਕ ਨੇ, ਉਹਨਾਂ ਨੇ ਬਹੁਤ ਖੁੱਲ੍ਹ ਕੇ ਗੱਲ ਕੀਤੀ ਔਰ ਆਪਣਾ ਐਕਸਪੀਰੀਅੰਸ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਇਹਦੇ 'ਚ ਫਸੇ, ਕਿਸ ਤਰੀਕੇ ਨਾਲ ਉਹ ਮਦਦ ਲੈਣਗੇ, ਉਹਨਾਂ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਮਦਦ ਕਿਵੇਂ ਅਤੇ ਕਿੱਥੋਂ ਮਿਲੀ, ਔਰ ਬਹੁਤ ਹੀ ਇੱਕ ਟਰਾਂਸਪੇਰੈਂਟ ਪਰਸਨੈਲਿਟੀ, ਬਹੁਤ ਹੀ ਜਿੱਦਾਂ ਸੱਚੀ ਸੁੱਚੀ ਇੱਕ ਪਰਸਨੈਲਿਟੀ ਉਹ ਮਿਸਟਰ ਸਮਰਾ ਰਹੇ। ਉਹਨਾਂ ਨਾਲ ਗੱਲਬਾਤ ਹੋਈ ਔਰ ਉਹਨਾਂ ਨੇ ਕੀ ਕੁਛ ਕਿਹਾ ਕਿ ਨਸ਼ਾ ਛੁਡਾਉਣ ਲਈ ਜਦੋਂ ਪਹਿਲੀ ਵਾਰੀ ਉਹ ਮਦਦ ਲੈਣਗੇ, ਉਹਨਾਂ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ, ਕਿਵੇਂ ਉਹ ਫਸੇ, ਮਦਦ ਕਿੱਥੋਂ ਅਤੇ ਕਿਵੇਂ ਮਿਲੀ, ਇਹਦੇ ਬਾਰੇ ਉਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਔਰ ਆਡੀਓ ਜਿਹੜੀ ਹੈ ਪ੍ਰੀ ਟੇਪ ਹੈ, ਇਹ ਪਿਛਲੇ ਹਫ਼ਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਸੀ, ਉਹ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਅਸੀਂ ਜਾਣਨਾ ਚਾਹੁੰਦੇ ਹਾਂ ਕਿ ਕਿਸ ਕਿਸਮ ਦੇ ਆ ਤੁਹਾਡਾ ਐਕਸਪੀਰੀਅੰਸ ਰਿਹਾ, ਕਿਸ ਤਰ੍ਹਾਂ ਤੁਹਾਨੂੰ ਆਦਤ ਪਈ ਔਰ ਤੁਹਾਡੀ ਕਿਸ ਤਰੀਕੇ ਨਾਲ ਮਦਦ ਹੋਈ? ਆਦਤ ਤਾਂ ਜੀ ਤੁਹਾਨੂੰ ਪਤਾ ਆਪਣੇ ਸਿਸਟਮ ਦਾ ਇੰਡੀਆ ਤੋਂ ਥੋੜ੍ਹੀ ਥੋੜ੍ਹੀ ਸੀਗੀ, ਹੈ ਨਾ, ਇੱਥੇ ਆ ਕੇ ਥੋੜ੍ਹੀ ਜਿਹੀ ਜ਼ਿਆਦਾ ਹੋ ਗਈ, ਜਿਵੇਂ ਦਿਨੇ ਵੀ ਹੋਣ ਲੱਗ ਗਿਆ, ਅਤੇ ਫਿਰ ਫੈਮਿਲੀ ਡਾਕਟਰ ਰਾਹੀਂ ਮੈਂ ਉੱਥੇ ਗਿਆ ਸੀ, ਡੇਟ ਆਫ ਸੀ ਮੈਂ ਗਿਆ, ਅਤੇ ਜਿਹੜੀ ਤੁਸੀਂ ਰੋਸ਼ਨੀ ਕਰੀ ਉਹ ਮੇਰਾ ਖਿਆਲ ਉਹਨਾਂ ਦਾ ਨਹੀਂ ਮੈਨੂੰ ਪਤਾ, ਇਹ ਪਰ ਪੈਸਾ ਤਾਂ ਨਹੀਂ ਕੋਈ ਲੈਂਦੇ, ਇਕੱਲੀ ਫੈਮਿਲੀ ਡਾਕਟਰ ਲਈ ਤੁਹਾਨੂੰ ਚਾਹੀਦੀ ਆ ਉਹ ਅਪਰੂਵਲ, ਹੈ ਨਾ, ਅਤੇ ਊਂ ਤਾਂ ਸਿਸਟਮ ਗੋਡ ਆ ਵੈਸੇ ਉਹਨਾਂ ਦਾ, ਪਰ ਜਿਵੇਂ ਉਦੇ ਮੈਂ ਗੱਲ ਕਰ ਰਿਹਾ ਸੀ ਤੁਸੀਂ ਕਿਹਾ ਵੀ ਆਪਾਂ ਬਾਅਦ 'ਚ ਗੱਲ ਕਰਾਂਗੇ, ਛੜੀ ਕੁਛ ਕੁ ਬੰਦੇ ਉੱਥੇ ਲੱਗੇ ਵੀ ਜਿਵੇਂ ਉਹ ਬਿਨਾਂ ਨਸ਼ੇ ਨੁਸ਼ੇ ਤੋਂ ਐਵੇਂ ਹੀ ਜਿਵੇਂ ਆਪਦੀ 8-10 ਦਿਨ ਪਾਸ ਕਰਨ ਨੂੰ ਆ ਰਹੇ ਹੁੰਦੇ, ਹੈ ਨਾ, ਬਾਹਲੇ ਨਹੀਂ, ਜਿਵੇਂ 20 'ਚੋਂ 4-4 ਕੁ ਬੰਦੇ ਹੋਣਗੇ, ਹੈ ਨਾ, ਅਤੇ ਉਸ ਜਿਵੇਂ ਵਧੀਆ ਸਿਸਟਮ ਦਾ ਗੋਡਾ ਉਹਨਾਂ ਦਾ, ਹੈ ਨਾ, ਛਡਾਉਣ ਦਾ, ਪਰ ਜੇ ਉਹ ਬਾਅਦ 'ਚ ਜਿਵੇਂ 1-2 ਦਿਨਾਂ ਬਾਅਦ ਉਹ ਤੁਹਾਨੂੰ ਕਲਾਸਾਂ ਵੀਡੀਓ ਦਿਖਾਉਂਦੇ, ਹੈ ਨਾ, ਉਹਦੇ 'ਚ ਜ਼ਿਆਦਾ ਜ਼ੋਰ ਉਹ ਧਾਰਮਿਕ ਤੌਰ 'ਤੇ ਲਾਉਂਦੇ, ਜਿਵੇਂ ਜ਼ਿਆਦਾ ਜਿਵੇਂ  80% ਕ੍ਰਿਸਚਨ ਵੱਲੋਂ, ਅਤੇ ਕੋਈ 5-10% ਹੀ ਤੁਹਾਨੂੰ ਦੱਸਦੇ ਵੀ ਤੁਸੀਂ ਸਮਾਰਟ ਵੇ ਨਾਲ ਵੀ ਛੱਡ ਸਕਦੇ ਹਾਂ ਜਾਂ ਉਹ ਹੋ ਸਕਦਾ, ਮਤਲਬ ਧਾਰਮਿਕ ਪਾਸਾ ਜ਼ਿਆਦਾ ਲਾਉਣ ਵਾਲੇ ਪਾਸੇ ਕੰਮ ਕਰਦੇ, ਭਾਰੂ ਜ਼ਿਆਦਾ ਹੈ ਜੀ ਉੱਧਰ, ਇਹਦੇ 'ਚ ਦਵਾਈਆਂ ਦਵਾਈਆਂ ਵੀ ਦਿੰਦੇ ਕੁਛ ਡਾਕਟਰ? ਦਵਾਈਆਂ ਜੀ ਇੱਕ ਵਾਰੀ ਆਉਂਦਾ ਡਾਕਟਰ 10-11 ਵਜੇ ਬਸ, ਅਤੇ ਅੰਦਰ ਕੈਸਾ ਮਾਹੌਲ ਹੈ, ਗੱਲਬਾਤ ਕੈਸੀ ਕਰਦੇ ਆ ਜਦੋਂ ਤੁਹਾਨੂੰ ਰੱਖਦੇ ਆ, ਤੁਹਾਡੇ ਨਾਲ ਵਿਹਾਰ ਕੈਸਾ ਹੁੰਦਾ? ਨਹੀਂ ਗੱਲਬਾਤ ਠੀਕ ਹੈ, ਗੱਲਬਾਤ ਦਾ ਕੋਈ ਨਹੀਂ ਉਹਨਾਂ 'ਚ, ਪਰ ਗੁੱਡ ਹੈਗਾ, ਫਿਰ ਤੁਸੀਂ ਜਦੋਂ ਡੀਟੌਕਸ 'ਚੋਂ ਆ ਜਾਂਦੇ ਫਿਰ ਤੁਹਾਨੂੰ ਇਹ ਵੀ ਕਹਿੰਦੇ ਵੀ ਜੇ ਅਜੇ ਵੀ ਤੁਹਾਨੂੰ ਟ੍ਰਿਗਰ ਹੁੰਦਾ, ਹੈ ਨਾ, ਵੀ ਤੁਸੀਂ ਡੀਟੌਕਸ ਜੁਆਇਨ ਕਰ ਸਕਦੇ ਹੋ, ਉਹ 'ਚ ਰੋਜ਼ ਜਾਓ ਘਰੋਂ 2-4 ਘੰਟੇ ਲਾ ਕੇ ਉੱਥੇ ਆ ਜਾਓ ਘਰੇ। ਸੋ ਇਹਨਾਂ ਦੇ ਨਾਲ ਜਦੋਂ ਇਹ ਗੱਲਬਾਤ ਹੋਈ, ਬੇਸ਼ੱਕ ਕਾਰਨ ਕੋਈ ਵੀ ਰਿਹਾ ਹੋਵੇ ਨਸ਼ਾ ਲੱਗਣ ਦਾ, ਇਹਨਾਂ ਨੇ ਕਿਹਾ ਕਿ ਜਦੋਂ ਇਹ ਆਏ ਉਸ ਤੋਂ ਪਹਿਲਾਂ ਹੀ ਹਲਕਾ ਫੁਲਕਾ ਜਿਹੜੀ ਹੈ ਉਹ ਡਰਿੰਕ ਕਰਦੇ ਸੀ, ਬਹੁਤ ਸਾਰੇ ਲੋਕ ਨੇੜੇ ਕਰਦੇ ਨੇ, ਔਰ ਐਸਾ ਨਹੀਂ ਹੈ ਕਿ ਸਮਾਜ ਦੇ ਵਿੱਚ ਕੋਈ ਸਿਰਫ ਕੁਝ ਲੋਕ ਹੀ ਨੇੜੇ ਕਰਦੇ ਨੇ, ਬਹੁਤ ਸਾਰੀ ਦੁਨੀਆ ਜਿਹੜੀ ਉਹ ਕਰ ਰਹੀ ਹੈ,
ਪਰ ਇਹਨਾਂ ਨੇ ਕਿਹਾ ਅੱਗੇ ਜਾ ਕੇ ਇਹਨਾਂ ਨੂੰ ਇਹਦੀ ਆਦਤ ਪੈ ਗਈ ਔਰ ਦਿਨ ਵੇਲੇ ਜਿਹੜੀ ਹੈ ਅਲਕੋਹਲ ਲੈਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਇਹ ਪੁੱਛਿਆ ਗਿਆ ਕਿ ਆਖਿਰਕਾਰ ਇਹ ਕਿਵੇਂ ਪਤਾ ਲੱਗਾ ਕਿ ਹੁਣ ਵਾਕਈ ਇਹਨਾਂ ਨੂੰ ਬਾਹਰੋਂ ਮਦਦ ਦੀ ਜ਼ਰੂਰਤ ਹੈ, ਕਿਉਂਕਿ ਇਨਸਾਨ ਆਪਣੇ ਤੌਰ 'ਤੇ ਜਿੰਨਾ ਕੁ ਛੱਡਣਾ ਚਾਹੁੰਦਾ ਉਹ ਛੱਡਣ ਦੀ ਕੋਸ਼ਿਸ਼ ਕਰਦਾ ਹੈ, ਪਰ ਇਹਨਾਂ ਨੂੰ ਇਹ ਕਿੱਦਾਂ ਪਤਾ ਲੱਗਾ ਕਿ ਹੁਣ ਬਾਹਰੋਂ ਮਦਦ ਲੈਣ ਦੀ ਲੋੜ ਹੈ, ਕਿ ਇਨਫ ਇਜ਼ ਇਨਫ, ਕਿ ਹੁਣ ਜਿਹੜੀ ਮਦਦ ਲੈਣੀ ਪਏਗੀ। ਇਹਦੇ ਬਾਰੇ ਜਦੋਂ ਇਹਨਾਂ ਕੋਲ ਸਵਾਲ ਪੁੱਛਿਆ ਤਾਂ ਇਹਨਾਂ ਨੇ ਕੀ ਕਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਕੀ ਕੁਝ ਕਿਹਾ ਮਿਸਟਰ ਸਮਰਾ ਨੇ, ਸੁਣਦੇ ਹਾਂ ਜੀ। ਸਮਰਾ ਸਾਹਿਬ, ਤੁਹਾਨੂੰ ਕਦੋਂ ਲੱਗਾ ਕਿ ਤੁਹਾਨੂੰ ਮਦਦ ਲੈਣੀ ਪਏਗੀ ਡੀਟੌਕਸ ਵਾਲਿਆਂ ਦੀ? ਹਾਂ, ਆਪਦੇ ਆਪ ਨੂੰ ਲੱਗਦਾ ਜਦੋਂ ਤੁਸੀਂ ਦਿਨੇ ਵੀ ਸ਼ੁਰੂ ਕਰ ਲੈਂਦੇ ਹੋ ਨਾ, ਚੱਲ ਸ਼ਾਮ ਨੂੰ ਤਾਂ ਹੋਇਆ, ਜਿਵੇਂ ਤੁਸੀਂ ਸੋਸ਼ਲਾਈਜ਼ ਕਹਿ ਲਓ ਜਾਂ ਕੁਛ ਕਹਿ ਲਓ, ਹੈ ਨਾ। ਤੁਹਾਡੇ ਪਰਿਵਾਰ ਦਾ ਸਹਿਯੋਗ ਰਿਹਾ ਨਾਲ? ਹਾਂਜੀ, ਪਰਿਵਾਰ ਦਾ ਸਹਿਯੋਗ ਰਿਹਾ, ਪਰ ਇਹਦੇ ਵਿੱਚ ਉਹ ਜਿਵੇਂ ਦੱਸਦੇ ਵਿੱਚ ਬਹੁਤ ਵੱਡੀ ਗੱਲ ਆ, ਬਾਅਦ 'ਚ ਵੀ ਜਦੋਂ ਤੁਸੀਂ ਘਰ ਵੀ ਆ ਜਾਂਦੇ ਹੋ ਉਦੋਂ ਪਰਿਵਾਰ ਦੇ ਸਹਿਯੋਗ ਦੀ ਜ਼ਿਆਦਾ ਲੋੜ ਆ ਤੁਹਾਨੂੰ। ਕਿਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਲੱਗਦਾ ਹੈ ਪਰਿਵਾਰ ਨੂੰ ਦੇਣਾ ਚਾਹੀਦਾ? ਕਿ ਖਾਣਾ ਪੀਣਾ, ਹੈ ਨਾ, ਟਾਈਮ ਨਾਲ, ਜਿਹੜਾ ਇਹ ਜਿਹੜਾ ਮੇਨ ਇਹਦਾ ਟਰਿੱਗਰ ਆ ਭੁੱਖ ਤੋਂ ਸ਼ੁਰੂ ਹੁੰਦਾ ਜੀ, ਭੁੱਖ ਹੋ ਗਈ, ਅਵੇਲੇਬਿਲਟੀ ਹੋ ਗਈ, ਹੈ ਨਾ, ਇਹੋ ਜਿਹਾ ਕੁਛ। ਅਤੇ ਮੈਂ ਇਹ ਵੀ ਸਮਝਦਾ ਵੀ ਇਹਦੇ ਵਿੱਚ ਕੁਛ ਸਿਸਟਮ ਦਾ ਜਾਂ ਗੌਰਮੈਂਟ ਪੂਰੇ ਵਰਲਡ ਦੇ ਲਾ ਲਓ, ਜਿਵੇਂ ਹੁਣ ਆਪਣੇ ਇੰਡੀਆ ਸੀ, ਦੂਜਾ ਸਾਰਾ ਕੋਲ ਲੋਕਡਾਊਨ ਹੋ ਗਿਆ, ਪਰ ਠੇਕੇ ਛੇਤੀ ਖੋਲੋ, ਜਿਵੇਂ 50% ਤੋਂ ਉੱਪਰ ਗੌਰਮੈਂਟ ਆ ਜਾਣੀ ਸ਼ਰਾਬ ਨਾਲ ਹੀ ਚੱਲ ਰਹੀ ਹੈ। ਸੋ ਕਿਤੇ ਨਾ ਕਿਤੇ ਸਰਕਾਰ ਜਿਹੜੀ ਉਹ ਵੀ ਜ਼ਿੰਮੇਵਾਰ ਹੁੰਦੀ ਹੈ? ਹਾਂਜੀ, ਇਹ 'ਚ ਜੋ ਇਹ 'ਚ ਕੋਈ ਸ਼ੱਕ ਨਹੀਂ, ਉਹ ਕਹਿੰਦੇ ਵੀ ਸਾਡੇ ਲੋਕ ਸੁੱਤੇ ਰਹਿਣ, ਸੋਚਣ ਬਸ। ਜਿਹੜੇ ਬਹੁਤ ਸਾਰੇ ਲੋਕ ਐਸੇ ਅਜੇ ਵੀ ਹੋਣਗੇ ਜਿਹੜੇ ਫਸੇ ਹੋਣਗੇ, ਬਾਹਰ ਨਿਕਲਣਾ ਚਾਹੁੰਦੇ ਆ, ਤੁਸੀਂ ਕਿਸ ਤਰ੍ਹਾਂ ਦੀ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ, ਕਿਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੁੰਦੇ ਹੋ, ਕਿੱਦਾਂ ਉਹ ਬਾਹਰ ਨਿਕਲਣ, ਤੁਹਾਡੀ ਵਿਲ ਪਾਵਰ ਕਿਵੇਂ ਸਟਰੋਂਗ ਹੋਈ ਬਾਹਰ ਨਿਕਲਣ ਵਾਸਤੇ? ਜੀ, ਵਿਲ ਪਾਵਰ ਤਾਂ ਐਂ ਹੈ ਵੀ ਤੁਸੀਂ ਪਰਦੇ ਕਿੰਨਾ ਕੁ ਚਿਰ ਰੱਖ ਲਓਗੇ, ਹੈ ਨਾ, ਇਹਨੂੰ ਤਾਂ ਤੁਹਾਨੂੰ ਐਕਸੈਪਟ ਕਰਨਾ ਪੈਣਾ। ਪਹਿਲਾਂ ਤਾਂ ਇਹ ਐਕਸੈਪਟ ਕਰਨਾ ਪੈਣਾ ਵੀ ਮੈਂ ਅਡਿਕਟਿਵ ਹਾਂ ਜਾਂ ਮੈਨੂੰ ਬਿਮਾਰੀ ਹੈ, ਇਹ ਇੱਕ ਕਿਸਮ ਦੀ ਬਿਮਾਰੀ ਹੋਈ ਲਾ ਲਓ ਤੁਸੀਂ। ਜੇ ਜਿੰਨਾ ਚਿਰ ਬੰਦਾ ਐਕਸੈਪਟ ਹੀ ਨਹੀਂ ਕਰਦਾ, ਉਨਾ ਚਿਰ ਉਹ ਫਿਰ ਗਾਹਾਂ ਤੁਰਨਾ ਤਾਂ ਬਹੁਤ ਮੁਸ਼ਕਲ ਹੈ। ਸੋ ਤੁਹਾਡੇ ਹਿਸਾਬ ਨਾਲ ਅਕਸੈਪਟ ਕਰਨਾ ਔਰ ਉਸ ਤੋਂ ਬਾਅਦ ਅੱਗੇ ਜਾਣਾ, ਮਦਦ ਲੈਣਾ, ਹਾਂਜੀ ਹਾਂਜੀ, ਇਹ ਬਹੁਤ ਜ਼ਰੂਰੀ। ਹਾਂਜੀ, ਪਹਿਲੀ ਗੱਲ ਐਕਸੈਪਟ ਕਰਨਾ ਕਿ ਮੈਨੂੰ ਪ੍ਰੋਬਲਮ ਹੈਗੀ ਹੈ। ਅੱਛਾ, ਕਈ ਹੁਣ ਪਰਿਵਾਰ ਐਸੇ ਆ, ਖਾਸ ਤੌਰ 'ਤੇ ਜੇ ਆਪਾਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਹੁਣ ਜਿਹੜੇ ਲੇਟੈਸਟ ਅੰਕੜੇ ਆਏ ਉਹਦੇ 'ਚ ਦੱਸਿਆ ਕਿ ਸਾਊਥ ਏਸ਼ੀਅਨ ਮੈਨ ਜਿਹੜੇ ਆ 255% ਡੈਥ ਜਿਹੜੀ ਆ, ਓਵਰਡੋਜ਼ ਡੈਥ, ਉਹ ਵਧੀ ਹੈ। ਕਿਉਂ ਲੋਕ ਬਾਹਰ ਨਹੀਂ ਆਉਂਦੇ, ਕਿਸ ਗੱਲ ਜਿਹੜੀ ਹੈ ਸ਼ਰਮਾਉਂਦੇ ਆ, ਕਿਸ ਗੱਲ ਤੋਂ ਡਰਦੇ ਆ? ਸਮਾਨ ਉਹ ਆਪਣੇ ਜਿਵੇਂ ਪਿਛਲੀ ਸੋਚ ਕਰਕੇ, ਉਹ ਜਿਵੇਂ ਆਪਾਂ ਇੱਥੇ ਆ ਗਏ, ਨਾ ਤਾਂ ਆਪਾਂ ਪਿਛਲਾ ਛੱਡਦੇ, ਨਾ ਇੱਧਰਲਾ ਅਪਣਾਉਂਦੇ ਆਪਾਂ, ਆਪਾਂ ਅੱਧ ਵਿਚਾਲੇ ਲੜਕਦੇ। ਜਿਵੇਂ ਤੁਹਾਡਾ ਕੋਈ ਬੱਚਾ ਵੀ ਹੋ ਗਿਆ ਉੱਧਰ ਨੂੰ, ਹੈ ਨਾ, ਆਪਾਂ ਕਹਿੰਦੇ ਬਾਹਰ ਬਾਹਰ ਨਾ ਪਤਾ ਲੱਗੇ ਵੀ ਉਹ ਫਲਾਨਿਆਂ ਦਾ ਬੱਚਾ ਆਏ ਆ ਜਾਂ ਤੁਸੀਂ ਆਪ ਆਏ ਆ, ਹੈ ਨਾ। ਅਤੇ ਜਿਹੜੀ ਹੈਗੀ ਤੁਸੀਂ ਡਾਕਟਰ ਦੂਜੇ ਦੇ ਓਵਰਡੋਜ਼ ਵਗੈਰਾ ਗੱਲ ਕਰਦੇ ਹੋ, ਉਹ ਹੈਗੇ ਦੂਜੇ ਜਿਹੜੇ ਨਸ਼ੇ ਸਿੰਥੈਟਿਕ ਵਗੈਰਾ, ਹੈ ਨਾ। ਮੈਨੂੰ ਤਾਂ ਇਕੱਲੇ ਡਰਿੰਕ ਦੀ ਪ੍ਰੋਬਲਮ ਸੀ। ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਇਸ ਵੇਲੇ ਚਾਹੇ ਅਲਕੋਹਲ ਦੇ ਵਿੱਚ ਫਸੇ ਆ ਜਾਂ ਕਿਸੇ ਵੀ ਡਰੱਗ ਦੇ ਵਿੱਚ ਫਸੇ ਆ, ਜੇ ਉਹ ਨਹੀਂ ਦੱਸਦੇ ਕਿਸੇ ਨੂੰ ਜਾਂ ਕਿਸੇ ਨੂੰ ਕਿਸੇ ਜਗ੍ਹਾ 'ਤੇ ਜਾ ਕੇ ਮਦਦ ਲੈਣ ਦੀ ਕੋਸ਼ਿਸ਼ ਨਹੀਂ ਕਰਦੇ, ਤਾਂ ਇਹ ਜ਼ਿਆਦਾ ਹਾਲਾਤ ਵਿਗੜ ਸਕਦੇ? ਹਾਂਜੀ ਹਾਂਜੀ, ਇਹ 'ਚ ਕੋਈ ਸ਼ੱਕ ਨਹੀਂ। ਘਰ ਰਹਿ ਕੇ ਤਾਂ ਨਹੀਂ ਛੱਡਿਆ ਜਾ ਸਕਦਾ ਨਸ਼ਾ? ਘਰ ਰਹਿ ਕੇ ਤਾਂ ਬਿਲਕੁਲ ਹੀ, ਤੁਸੀਂ ਓਵਰ ਸਮਾਰਟ ਹੋ ਤਾਂ ਛੱਡ ਸਕਦੇ, ਕੋਈ ਬਿਗ ਡੀਲ ਤਾਂ ਹੈ ਨਹੀਂ। ਪਰ ਉਹਦੇ 'ਚ ਕਈ ਗੱਲਾਂ ਹੋ ਜਾਂਦੀਆਂ, ਜਿਵੇਂ ਹੁਣ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਇਹ 'ਚ ਗੌਰਮੈਂਟ ਵੀ ਇਨਵਾਲਵ ਹੈ, ਹੈ ਨਾ। ਜੇ ਹੁਣ ਲਿਕਰ ਹੀ ਲਾ ਲਓ, ਪਹਿਲਾਂ ਆਪਣੇ ਇਕੱਲੇ BC ਲਿਕਰ ਸਟੂਡੈਂਟ ਮਿਲਦੀ ਸੀ, ਹੁਣ ਉਦੋਂ ਬਾਅਦ ਆਹ ਬੀਅਰ ਵੈਨ ਵਾਲਿਆਂ ਨੂੰ ਵੀ ਅਲਾਓ ਕਰਤਾ ਇਹਨਾਂ ਨੇ, ਹੁਣ ਤੁਹਾਡੇ ਗਰੋਸਰੀ ਸਟੋਰਾਂ 'ਤੇ ਵੀ ਵੈਨ ਅਲਾਓ ਕਰਤਾ ਹੌਲੀ ਹੌਲੀ। ਇਹਨਾਂ ਨੇ ਇਹਨਾਂ ਦਾ ਮਤਲਬ ਤਾਂ ਇਹੀ ਹੈ ਵੀ ਲੋਕ ਸਾਨੂੰ ਪੁੱਛਾ, ਕੋਈ ਕੁਐਸਚਨ ਨਾ ਪੁੱਛਣ, ਚਾਹੇ ਕੋਈ ਵੀ ਸਰਕਾਰਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਹਨਾਂ ਨਾਲ ਗੱਲਬਾਤ ਸਾਡੀ ਮਿਸਟਰ ਸਮਰਾ ਨਾਲ ਕਾਫੀ ਲੰਬੀ ਚੱਲੀ ਹੈ, ਔਰ ਅਗਲੇ ਹਿੱਸੇ ਦੇ ਵਿੱਚ ਉਹਨਾਂ ਨਾਲ ਹੋਰ ਕੀ ਗੱਲਬਾਤ ਹੋਈ ਉਹ ਵੀ ਸੁਣਾਵਾਂਗੇ। ਉਸ ਤੋਂ ਪਹਿਲਾਂ ਕਾਲ ਲੈਂਦੇ ਹਾਂ ਅਨੋਨਿਮਸ ਕਾਲਰ, ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਨੇ ਜੀ। ਅਨੋਨਿਮਸ ਕਾਲਰ ਜੀ, ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਇਹ ਕਹਿ ਰਿਹਾ ਸੀਗਾ, ਇੱਕ ਤਾਂ ਇਹਦੀਆਂ ਦੋ ਪ੍ਰੋਬਲਮ ਨੇ, ਮੇਨ ਤਾਂ ਫਿਜ਼ੀਕਲ ਪ੍ਰੋਬਲਮ ਹੈ ਹੀ ਨਹੀਂ ਹੈਗੀ, ਪ੍ਰੋਬਲਮ ਹੈਗੀ ਸਾਈਕੀ ਦੀ, ਸਾਈਕੋਲੋਜੀਕਲ ਪ੍ਰੋਬਲਮ ਹੈ ਤੁਹਾਡੀ, ਹੈ ਨਾ। ਦੋ ਕਾਰਨ ਨੇ, ਮੈਂ ਪੇਂਡੂ ਬੈਕਗ੍ਰਾਉਂਡ ਦੇ ਵਿੱਚ ਆਇਆ, ਮੈਨੂੰ 3 ਸਾਲ ਹੀ ਹੋਇਆ BC ਦੇ ਵਿੱਚ ਆਏ ਨੂੰ। ਤੇ ਇੱਕ ਤਾਂ ਅਸੀਂ ਪ੍ਰਟੈਂਡ ਕਰਦੇ ਹਾਂ ਵੀ ਯਾਰ ਮੈਂ ਸ਼ਰੀਕ ਦੇ ਬਰਾਬਰ ਆ, ਮੈਂ ਵੀ ਇੰਨਾ ਖਰਚਾ ਕਰਦਾ ਵਾ, ਮਾਫ਼ ਕਰਨਾ ਨਾ, ਸੋਰੀ। ਮੋਸਟਲੀ ਏਦਾਂ ਹੀ ਹੁੰਦਾ ਵੀ ਯਾਰ ਜੇ ਸਰਪੰਚ ਨੇ ਸਾਡੀ 150 ਦੀ ਲਈ ਹੈ ਤੇ ਮੈਂ ਵੀ ਤਾਂ 100 ਖਰਚ ਕੇ ਉਹਨੂੰ ਦਿਖਾਊਂਗਾ ਵੀ ਸਰਪੰਚ ਆ ਮੈਂ, ਤੂੰ ਘੱਟ ਨਹੀਂ ਹੈਗਾ। ਇੱਕ ਤਾਂ ਇਹ ਮੈਂਟੈਲਿਟੀ ਸਾਡੀ ਇਹ ਹੈ, ਤੇ ਦੂਜੀ ਅਸੀਂ ਇੱਕ ਸ਼ਰਾਬ ਨੂੰ ਨਾ ਲਿਕਰ ਨੂੰ ਨਸ਼ੇ ਦੇ ਵਿੱਚੋਂ ਹੀ ਕੱਢ ਦਿੱਤਾ ਹੋਇਆ, ਇਹ ਅਸੀਂ ਇਹਨੂੰ ਸੋਸ਼ਲੀ ਬਣਾ ਲਿਆ, ਵਿਆਹ ਦੇ ਵਿੱਚ, ਲੋਹੜੀ ਦੇ, ਮਰਗ, ਈਵਨ ਕਿ ਮਰਗ ਦੇ ਭੋਗ ਤੋਂ ਬਾਅਦ ਵੀ ਸ਼ਰਾਬ ਸਾਫ਼ ਕਰਨ ਲੱਗੇ ਆ ਲੋਕ।
ਥੈਂਕ ਯੂ ਸੋ ਮਚ ਅਨੋਨਿਮਸ ਸਕਾਲਰ ਜੀ, ਪਰ ਮੇਰੇ ਥੋੜ੍ਹੇ ਜਿਹੇ ਵਿਚਾਰ ਇਹਦੇ 'ਤੇ ਡਿਫਰੈਂਟ ਹੋਣਗੇ। ਐਡਿਕਸ਼ਨ ਜਿਹੜੀ ਉਹ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ, ਔਰ ਇਕੱਲੇ ਅਸੀਂ ਜੇ ਕਹੀਏ ਕਿ ਇਕੱਲੇ ਸ਼ਰਾਬ ਦੀ ਹੀ ਐਡਿਕਸ਼ਨ ਦੀ ਗੱਲ ਕਰ ਰਹੇ ਹਾਂ, ਅਸੀਂ ਇਕੱਲੇ ਸ਼ਰਾਬ ਦੀ ਐਡਿਕਸ਼ਨ ਦੀ ਗੱਲ ਨਹੀਂ ਕਰ ਰਹੇ, ਅਸੀਂ ਓਵਰਆਲ ਸਾਰੀ ਐਡਿਕਸ਼ਨ ਦੀ ਗੱਲ ਕਰ ਰਹੇ ਹਾਂ। ਖੈਰ, ਗੱਲ ਕਰ ਰਹੇ ਸੀ ਅਸੀਂ ਜੋ ਮਿਸਟਰ ਦਿਲਬਾਗ ਸਮਰਾ ਦੇ ਨਾਲ ਸਾਡੀ ਹੋਈ, ਉਹਦੇ ਬਾਰੇ ਗੱਲਬਾਤ ਚੱਲ ਰਹੀ ਸੀ ਕਿ ਐਡਿਕਟ ਹੋਣ ਤੋਂ ਬਾਅਦ ਲੋਕ ਇਸ ਬਾਰੇ ਗੱਲ ਕਰਨ ਤੋਂ ਕੰਨੀ ਕਿਉਂ ਕਤਰਾਉਂਦੇ ਨੇ, ਜਜਮੈਂਟਲ ਬਹੁਤ ਛੇਤੀ ਹੋ ਜਾਂਦੇ ਨੇ, ਦੂਸਰੇ ਦੇ ਬਾਰੇ ਓਪੀਨੀਅਨ ਬਹੁਤ ਛੇਤੀ ਰੱਖ ਦਿੰਦੇ ਨੇ ਕਿਸੇ ਵੀ ਤਰ੍ਹਾਂ ਦਾ। ਪਰ ਇਹਨਾਂ ਦੇ ਕੇਸ ਦੇ ਵਿੱਚ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਇਹਨੂੰ ਛੱਡ ਚੁੱਕੇ ਹੋ, ਕੀ ਕੋਈ ਐਸਾ ਤਰੀਕਾ ਹੈ ਜਿਹੜਾ ਕਾਰਗਰ ਸਿੱਧ ਹੋਇਆ, ਤਾਂ ਬਹੁਤ ਹੀ ਇਹਨਾਂ ਨੇ ਟਰਾਂਸਪੇਰੈਂਸੀ ਨਾਲ ਇਹ ਜਵਾਬ ਦਿੱਤਾ ਔਰ ਦੱਸਿਆ ਕਿ ਅਜੇ ਵੀ ਇਹ ਇਸ ਜਿਹੜਾ ਚੈਲੰਜ ਹੈ ਉਹਨੂੰ ਭੁਗਤ ਰਹੇ ਨੇ, ਇਸ ਚੈਲੰਜ ਦੇ ਵਿੱਚੋਂ ਨਿਕਲ ਰਹੇ ਨੇ। ਤੁਹਾਡੇ ਜਦੋਂ ਤੁਸੀਂ ਡੀਟੌਕਸ 'ਚ ਗਏ ਜਾਂ ਤੁਸੀਂ ਘਰ ਦੇ ਵਿੱਚ, ਤੁਸੀਂ ਕਿਹਾ ਬਹੁਤ ਮਦਦ ਮਿਲੀ, ਸਭ ਤੋਂ ਜ਼ਿਆਦਾ ਤੁਸੀਂ ਹੈਲਪ ਕਿਹਦੀ ਮੰਨਦੇ ਹੋ ਜਿਹੜਾ ਜਦੋਂ ਤੁਸੀਂ ਇਸ ਦਲਦਲ 'ਚੋਂ ਬਾਹਰ ਨਿਕਲੇ, ਸਭ ਤੋਂ ਜ਼ਿਆਦਾ ਤੁਹਾਨੂੰ ਮਦਦ ਕਿਹੜੀ ਚੀਜ਼ ਦੀ ਮਿਲੀ? ਕੀ ਤੁਸੀਂ ਗੁਰਦੁਆਰੇ ਜਾਂ ਮੰਦਰਾਂ 'ਚ ਜਾਂਦੇ ਸੀ, ਜਾਂ ਤੁਹਾਡੇ ਪਰਿਵਾਰ ਨੇ ਬਹੁਤ ਸਹਿਯੋਗ ਦਿੱਤਾ, ਜਾਂ ਡੀਟੌਕਸ ਸੈਂਟਰ ਵਾਲਾ ਸਟਾਫ ਵਧੀਆ ਸੀ, ਉਹਨਾਂ ਨੇ ਤੁਹਾਨੂੰ ਵਧੀਆ ਤਰੀਕੇ ਨਾਲ ਟ੍ਰੀਟ ਕੀਤਾ? ਹਾਂਜੀ, ਉਹਨਾਂ ਨੂੰ ਕੋਈ ਸ਼ੱਕ ਨਹੀਂ, ਉਹ ਟ੍ਰੀਟ ਵਧੀਆ ਤਰੀਕੇ ਨਾਲ ਕਰਦੇ। ਭਰਾ ਹੈ ਮੈਨੂੰ ਜਿਵੇਂ ਆਓ, ਬੰਦੇ ਦੇ ਆਪਦੇ ਵਿਚਾਰ ਹੁੰਦੇ, ਮੇਰੇ ਵਿਚਾਰ ਧਾਰਮਿਕ ਨਹੀਂ ਗਏ, ਮੈਂ ਪਹਿਲਾਂ ਦੱਸ ਦਿੰਦਾ, ਅਤੇ ਉਸ ਕਰਕੇ ਮੈਨੂੰ ਥੋੜ੍ਹਾ ਜਿਹਾ ਲੱਗਾ ਵੀ ਉੱਧਰ ਨੂੰ ਜ਼ਿਆਦਾ ਜ਼ੋਰ ਪ੍ਰੈਸ਼ਰ ਕਰ ਰਹੇ ਹੋ। ਮਤਲਬ ਤੁਸੀਂ ਬਿਲਕੁਲ ਚੇਤੰਨ ਸੀ, ਤੁਹਾਨੂੰ ਪਤਾ ਸੀ ਕਿ ਕਿੱਧਰਲੇ ਪਾਸੇ ਲਾਇਆ ਜਾ ਰਿਹਾ, ਔਰ ਤੁਸੀਂ ਉੱਥੋਂ ਜਿਹੜੀ ਹੈਲਪ ਲੈਣੀ ਸੀ ਉਹ ਲੈਣ ਤੋਂ ਬਾਅਦ ਆਪਣੇ ਘਰ ਆਏ ਔਰ ਤੁਹਾਡੇ ਘਰ ਨੇ ਸਹਿਯੋਗ ਤੁਹਾਨੂੰ ਜਗਾ ਦਿੱਤਾ। ਕੀ ਮੈਸੇਜ ਦੇਣਾ ਚਾਹੋਗੇ ਸਾਡੀ ਕਮਿਊਨਿਟੀ ਨੂੰ? ਤੁਸੀਂ ਇੱਕ ਸਰਵਾਈਵਰ ਹੋ, ਤੁਸੀਂ ਇਹ ਨਸ਼ੇ ਜਿਹੜੇ ਛੱਡਿਆ ਐਲਕੋਹਲ ਦਾ? ਨਹੀਂ ਨਹੀਂ, ਮੈਂ ਛੱਡਿਆ ਨਹੀਂ ਗਾ ਹੁਣ, ਉਦੋਂ ਬਾਅਦ ਮੈਂ ਜਿਵੇਂ ਦੋ ਢਾਈ ਮਹੀਨੇ ਛੱਡਿਆ ਸੀਗਾ, ਉਹਦੇ ਕਰਕੇ ਮੈਨੂੰ ਦੁਬਾਰਾ ਇੰਨਾ ਹਰਟ ਹੋਇਆ, ਦੁਬਾਰਾ ਫਿਰ ਮੈਂ ਸ਼ੁਰੂ ਹੋ ਗਿਆ। ਅਤੇ ਫਿਰ ਹੁਣ ਤੁਹਾਡਾ ਫਿਰ ਦਿਲ ਕਰਦਾ ਛੱਡਣ ਨੂੰ? ਹਾਂਜੀ। ਅਤੇ ਹੁਣ ਤੁਸੀਂ ਫਿਰ ਕਿੱਦਾਂ ਦੀ ਕੀ ਸਟੈਪ ਲਓਗੇ ਅੱਗੇ ਦੁਬਾਰਾ ਛੱਡਣ? ਸਟੈਪ ਮੈਂ ਟਰਾਈ ਤਾਂ ਆਪ ਹੀ ਕਰ ਰਿਹਾ, ਪਰ ਉਹਨਾਂ ਨੇ ਮੇਰਾ ਉੱਥੇ ਰਜਿਸਟਰ ਕਰਾਇਆ ਹੋਇਆ, ਉਹ ਕਹਿੰਦੇ ਵੇਟਿੰਗ ਲਿਸਟ ਹੈਗੀ ਹੈ ਜੀ। ਕਿੰਨੀ ਕੁ ਲੰਬੀ ਵੇਟਿੰਗ ਲਿਸਟ? ਕਹਿੰਦੇ ਸੀ 2-3 ਵੀਕਾਂ ਦੀ ਹੈਗੀ ਹੈ। ਪਹਿਲਾਂ ਵੀ ਤੁਹਾਨੂੰ ਵੇਟ ਕਰਨੀ ਪਈ ਹੈ? ਹਾਂਜੀ, ਪਹਿਲਾਂ ਵੀ ਕਰਨੀ। ਅਤੇ ਤੁਸੀਂ ਉੱਥੇ ਰਹਿੰਦੇ ਸੀ ਜਾਂ ਘਰ ਆ ਜਾਂਦੇ ਸੀ? ਨਹੀਂ, ਉਹ ਘਰ ਨਹੀਂ ਆਉਣ ਦਿੰਦੇ, ਉਹ ਈਵਨ ਤੁਹਾਨੂੰ ਫੋਨ ਵੀ ਨਹੀਂ ਲਿਜਾਣ ਦਿੰਦੇ ਨਾਲ। ਅਤੇ ਉੱਥੇ ਅੰਦਰ ਫੂਡ ਵਗੈਰਾ ਹਰ ਚੀਜ਼ ਅੰਦਰ ਹੀ ਮਿਲਦੀ ਹੈ? ਫੂਡ ਦਾ ਸਮਾਨ ਜੀ, ਉਹ ਜ਼ਿਆਦਾ ਤਾਂ ਜਿਵੇਂ ਜਦੋਂ ਬੰਦਾ ਛੱਡਦਾ ਉਹਨੂੰ ਅੰਦਰੋਂ, ਫਿਰ ਜੋ ਵੀ ਤੁਸੀਂ ਫੈਕਟ ਹੈ ਨਾ, ਜਿਵੇਂ ਡਰਿੰਕ ਦੀ ਗੱਲ ਹੀ ਕਰਦਾ, ਉਹ ਪਾਣੀ ਅਤੇ ਫਰੂਟਾਂ 'ਤੇ ਜ਼ਿਆਦਾ ਜ਼ੋਰ ਦਿੰਦੇ। ਅਤੇ ਇਹਦੇ 'ਚ ਕੋਈ ਸਟ੍ਰੈਸ ਵੀ ਵੱਡਾ ਕਾਰਨ ਹੁੰਦਾ ਜਦੋਂ ਬੰਦਾ ਐਲਕੋਹਲ ਜ਼ਿਆਦਾ ਪੀਣੀ ਸ਼ੁਰੂ ਕਰਦਾ ਜਾਂ? ਹਾਂਜੀ, ਇਹ 'ਚ ਕੋਈ ਸ਼ੱਕ ਨਹੀਂ, ਤਾਂ ਸਿਸਟਮ ਹੀ ਇਹੋ ਜਿਹਾ, ਹੁਣ ਕੁਛ ਸਾਨੂੰ ਉਹ ਮੈਨੂੰ ਲਾ ਲਿਆ ਗਿਆ, ਹੁਣ ਮੋਟੀ ਜਿਹੀ ਧਾਰ ਨੇ, ਤੁਹਾਡੇ ਕੋਲ $20,000 ਲਾਊਗਾ ਤਾਂ ਮੇਰਾ 50 ਬਣ ਜੇ, 50 ਵਾਲਾ ਕਹਿੰਦਾ ਮੇਰਾ 1,00,000 ਬਣ ਜੇ, ਯਾਨੀ ਉਹ ਆਪਦਾ ਮਾੜਾ ਮੋਟਾ ਇੰਜੋਏ ਕਰਨ ਦੀ ਥਾਂ ਕੰਮ 'ਚ ਹੀ ਲੱਗਾ ਰਹਿੰਦਾ ਬੰਦਾ। ਆਪਣੀ ਕਮਿਊਨਿਟੀ ਦੀ ਹੈਲਪ ਕਿੱਦਾਂ ਕੀਤੀ ਜਾ ਸਕਦੀ ਹੈ, ਕਿਸ ਤਰੀਕੇ ਨਾਲ ਜਿਹੜੀ ਕਮਿਊਨਿਟੀ ਹੈ ਉਹਦੇ 'ਚ ਸੁਧਾਰ ਲਿਆ ਜਾ ਸਕਦਾ? ਸੁਧਾਰ ਤਾਂ ਜੀ ਕੋਈ ਜਿਵੇਂ ਕੋਈ ਚੰਗੇ ਪੜ੍ਹੇ ਲਿਖੇ ਬੰਦੇ, ਕੋਈ ਉਹ ਜਿਹੀਆਂ ਕਮੇਟੀਆਂ ਬਣਾ ਕੇ, ਕੋਈ ਫੋਰਮ ਹੋਣ, ਜਿਵੇਂ ਅੱਗੇ ਹੁੰਦੇ ਰਹੇ ਵੀ ਇੱਕ ਅੱਧੀ ਮੌਤ ਹੋ ਗਈ, ਫੋਰਮ ਕਰ ਲਿਆ ਹੈ ਨਾ, ਉਹ 2 ਦਿਨਾਂ ਬਾਅਦ ਫਿਰ ਬਸ ਇਹ ਕੰਟੀਨਿਊ ਰੱਖਣਾ ਚਾਹੀਦਾ ਇਹਨਾਂ ਨੂੰ। ਤੁਹਾਨੂੰ ਲੱਗਦਾ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹ ਇਹਦੇ 'ਚ ਸੁਧਾਰ ਲਿਆ ਸਕਦੀ ਹੈ? ਨਹੀਂ, ਮੁਸ਼ਕਲ ਹੈ। ਨਵੀਂ ਪੀੜ੍ਹੀ ਇੱਕ ਤਾਂ ਆਪਣਾ ਕਮਿਊਨੀਕੇਸ਼ਨ ਗੈਪ ਹੋ ਜਾਂਦਾ, ਦੂਸਰਾ ਉਹਨਾਂ ਦਾ ਜੀਣ ਦਾ ਢੰਗ ਵੱਖਰਾ, ਆਪਣਾ ਵੱਖਰਾ। ਕੀ ਤੁਹਾਨੂੰ ਲੱਗਦਾ ਕਿ ਕੀ ਸੰਦੇਸ਼ ਜਿਹੜਾ ਤੁਸੀਂ ਆਪਣੇ ਵੱਲੋਂ ਦੇਣਾ ਚਾਹੁੰਦੇ ਹੋ ਕਮਿਊਨਿਟੀ ਨੂੰ? ਕਮਿਊਨਿਟੀ ਨੂੰ ਤਾਂ ਇਹ ਹੈ ਵੀ ਉਹ ਵੱਧ ਤੋਂ ਵੱਧ ਆਪਦਾ ਜਿਵੇਂ ਨਸ਼ਿਆਂ ਤੋਂ ਬਚ ਕੇ ਰਿਹਾ ਜਾਵੇ, ਚੰਗੀ ਗੱਲ ਹੈ ਨਾ, ਪਰ ਕਿਉਂਕਿ ਅਸੀਂ ਸਮਾਜ ਦਾ ਹਿੱਸਾ ਹੈ ਅਤੇ ਉਹ ਮੁਸ਼ਕਲ ਵੀ ਬਹੁਤ ਆ, ਹੌਲੀ ਹੌਲੀ ਜਿਵੇਂ ਆਪਣਾ ਤਾਂ ਜਿਵੇਂ ਕਮਿਊਨਿਟੀ ਦਾ ਇੰਡੀਆ ਤੋਂ ਹੀ ਲਾ ਲਓ, ਇਹ ਆਪਣੀ ਕਮਿਊਨਿਟੀ ਪ੍ਰੋਬਲਮ ਹੀ ਹੈ ਇੱਕ ਤਰ੍ਹਾਂ ਦੀ, ਯਾਨੀ ਦੂਜੀਆਂ ਕਮਿਊਨਿਟੀਆਂ ਨਾਲੋਂ ਵੱਧ ਆ ਆਪਣੇ ਪੰਜਾਬੀਆਂ ਦੇ ਵਿੱਚ। ਸਰਕਾਰਾਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰ ਰਹੀਆਂ, ਸਰਕਾਰਾਂ ਦਾਅਵੇ ਕਰ ਰਹੀਆਂ ਕਿ ਬਹੁਤ ਸਾਰੇ ਐਸੇ ਡੀ ਐਡਿਕਸ਼ਨ ਸੈਂਟਰ ਖੋਲ੍ਹੇ ਹੋਏ ਨੇ, ਬਹੁਤ ਸਾਰੀਆਂ ਐਸੋਸੀਏਸ਼ਨਸ ਨੇ ਜਿਹੜੀਆਂ ਨਾਲ ਜੁੜੀਆਂ ਹੋਈਆਂ ਨੇ, ਬਹੁਤ ਸਾਰਾ ਕੰਮ ਜਿਹੜਾ ਉਹ ਕੀਤਾ ਜਾ ਰਿਹਾ, ਪਰ ਫਿਰ ਵੀ ਜਿਹੜੇ ਨੰਬਰਸ ਨੇ ਉਹ ਕੁਝ ਹੋਰ ਕਹਿ ਰਹੇ ਨੇ। ਕਿਸ ਤਰ੍ਹਾਂ ਦੀ ਉਮੀਦ ਜਿਹੜੀ ਹੈ ਸਰਕਾਰਾਂ ਤੋਂ ਕੀਤੀ ਜਾ ਸਕਦੀ ਹੈ? ਜਿਹੜੇ ਲੋਕ ਫਸੇ ਹੋਏ ਨੇ ਉਹ ਕਿਸ ਤਰ੍ਹਾਂ ਦੀ ਉਮੀਦ ਕਰਦੇ ਨੇ, ਉਹਦੇ ਬਾਰੇ ਵੀ ਗੱਲਬਾਤ ਕੀਤੀ ਗਈ? ਸੋ ਇਹ ਇੱਕ ਬੜਾ ਵੱਡਾ ਗੈਪ ਹੈ ਜਿਹੜਾ। ਹਾਂਜੀ ਬਈ, ਹਾਂਜੀ, ਸਰਕਾਰਾਂ ਤੋਂ ਕੀ ਉਮੀਦ ਕਰਦੇ ਹੋ ਤੁਸੀਂ? ਸਰਕਾਰਾਂ ਤੋਂ ਤਾਂ ਇਹੀ ਹੈ ਵੀ ਜੇ ਵੱਧ ਤੋਂ ਵੱਧ ਉਹ ਜਿਵੇਂ ਹੁਣ ਪ੍ਰਾਈਵੇਟ ਨਾਲੋਂ ਜਿਵੇਂ ਉਹ ਉਹਨਾਂ ਤੋਂ ਹੋਰ ਸੈਂਟਰ ਵੱਧ ਖੁੱਲ੍ਹੇ ਜਾਣ, ਹੈ ਨਾ, ਘੱਟੋ ਘੱਟ ਜਿਹੜੇ ਬੰਦੇ ਹੈਲਪ ਲੈਣਾ ਚਾਹੁੰਦੇ ਉਹਨਾਂ ਨੂੰ ਤਾਂ ਮਿਲੇ ਨਾ ਰਾਈਟ ਵੇ, ਜਾਂ ਵੀਕ 10 ਦਿਨ ਦੀ ਚਲੋ ਵੇਟ ਲਾ ਦਿਉ, ਅਤੇ ਉਹ ਜਿਹੜੇ ਪ੍ਰਾਈਵੇਟ ਉਹ ਥੋੜ੍ਹਾ ਜਿਹਾ ਤੁਹਾਨੂੰ ਚਾਰਜ ਚੂਰਜ ਵੀ ਕਰਦੇ ਆ, ਪਰ ਉਹ ਨਸ਼ਾ ਛਡਾਉਣ ਦੀ ਜਗ੍ਹਾ ਦੂਜੇ ਨਸ਼ੇ ਨਾਲ ਵੀ ਟਰਾਈ ਕਰਦੇ ਆ।
ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਾਡੀ ਗੱਲਬਾਤ ਹੋਈ ਸੀ ਸਰਦਾਰ ਦਿਲਬਾਗ ਸਿੰਘ ਸਮਰਾ ਹੁਣਾਂ ਨਾਲ, ਔਰ ਮੈਂ ਆਪਣੇ ਵੱਲੋਂ ਔਰ ਪੂਰੇ ਰੈਡ ਐਫ ਐਮ ਅਦਾਰੇ ਵੱਲੋਂ ਮਿਸਟਰ ਸਮਰਾ ਦਾ ਔਰ ਉਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਨਾਲ ਇਹ ਗੱਲ ਕੀਤੀ। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.